ਪੰਜਾਬ ਹਰਿਆਣਾ ਹਾਈ ਕੋਰਟ ਨੇ ਗਨ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 24 ਅਪ੍ਰੈਲ ਤੱਕ ਜਵਾਬ ਮੰਗਿਆ। ਦੱਸਦੇ ਕਿ ਪੰਜਾਬੀ ਬੋਲੀ ਦੇ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਪੰਡਿਤ ਰਾਓ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ, ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਹਥਿਆਰਾਂ ਵਾਲੇ ਭੜਕਾਊ ਗੀਤ ਤੇ ਲੱਚਰ ਸ਼ਬਦਾਵਲੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਕੁਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ 22/7/2019 ਨੂੰ ਇੱਕ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਲੱਚਰ ਸ਼ਰਾਬੀ ਹਥਿਆਰੀ ਗਾਣਾ ਕਿੱਥੇ ਵੀ ਨਹੀਂ ਚੱਲਣਗੇ। ਇਸ ਹੁਕਮ ਤੋਂ ਬਾਵਜੂਦ ਅਮਰਗੜ੍ਹ ਦਸਰਾ ਮੇਲੇ ਦੇ ਵਿੱਚ ਪੰਜਾਬ ਦੇ ਵਿੱਚ ਉਲੰਘਣ ਹੋਇਆ, ਜ਼ੀਰਕਪੁਰ ਦੇ ਵਿੱਚ ਪਰਮੇਸ਼ ਵਰਮਾ ਦੀ ਸ਼ੋਅ ਦੇ ਦੌਰਾਨ ਉਲੰਘਣ ਹੋਇਆ, ਸਭ ਤੋਂ ਵੱਡਾ ਉਲੰਘਣ ਤਾਂ ਨਯਾ ਗਾਓਂ ਦੇ ਵਿੱਚ ਕਰਨ ਔਜਲਾ ਨੇ ਮੰਚ 'ਤੇ 31/12/2019 ਨੂੰ ਨਏ ਸਾਲ ਦੇ ਮੌਕੇ 'ਤੇ ਮੰਚ 'ਤੇ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਗਾਣਾ ਗਾਇਆ, ਉਸ ਤੋਂ ਬਾਅਦ ਚਿੱਟਾ ਕੁਰਤਾ ਖੂਨ ਨਾਲ ਲਿਬੜ ਗਿਆ ਗਾਣਾ ਗਾਇਆ। ਮੇਰੇ ਬੇਨਤੀ ਤੋਂ ਬਹੁਤ ਬਾਵਜੂਦ ਅਤੇ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਨ ਤੋਂ ਬਾਵਜੂਦ, ਇਸ ਲਈ ਮੈਂ ਮਾਨਯੋਗ ਹਾਈਕੋਰਟ ਦੇ ਵਿੱਚ ਕੱਲ੍ਹ ਕੰਟੈਂਪਟ ਆਫ ਕੋਰਟ ਕੇਸ ਪਾਇਆ ਸੀ, ਅੱਜ ਸੁਣਵਾਈ ਹੋਇਆ ਅਤੇ ਮਾਨਯੋਗ ਹਾਈਕੋਰਟ ਨੇ ਪ੍ਰਿੰਸੀਪਲ ਸੈਕਟਰੀ ਹੋਮ ਪੰਜਾਬ ਸਰਕਾਰ ਨੂੰ ਨੋਟਿਸ ਕੱਢਿਆ ਹੈ ਕਿ 24 ਅਪ੍ਰੈਲ 2020 ਤੱਕ ਜਵਾਬ ਦਿਓ ਕਿ ਤੁਸੀਂ ਕੋਰਟ ਦੀ ਹਿਦਾਇਤ ਨੂੰ ਕਿਵੇਂ ਇੰਪਲੀਮੈਂਟ ਕਰੋਗੇ, ਤੁਹਾਡੇ ਕੋਲ ਕੀ ਨੀਤੀ ਹੈ, ਉਹ ਸਾਰੇ ਜਵਾਬ ਦੇਣਗੇ। ਇਹ ਫੈਸਲਾ ਹੋਇਆ ਜੀ ਅੱਜ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ। ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।